ਲੈ ਜੀ ਮੰਮ ਦਲੀ ਸਾਹਿਬ ਬਤਾਏ ਜੀ ਰਨ ਮੇਰੀ ਦੀ ਹੋਣ ਦੀ ਨੀ ਹੈ ਮੇਰੇ ਪਰਦਾਦਾ ਜੀ ਦਾਦਾ ਜੀ ਅੱਬੂ ਵੀ ਸਾਰੇ ਮਤਲਬ ਨਸਲੀ ਹੈ ਰਨ ਮੇਰੀ ਦੀ ਖਾਨਦਾਨੀ ਤੇ ਇਹ ਚੱਲਦੀ ਆ ਰਹੀ ਹੈ ਤੇ ਹੁਣ ਮੈਂ ਅੱਗੋਂ ਆਪਣੇ ਬੇਟੇ ਨੂੰ ਵੀ ਟ੍ਰੇਨ ਕਰ ਰਿਹਾ ਵਾਂ ਸਾਡੇ ਕੈਸ ਗਰੁੱਪ ਦੇ ਵਿੱਚ ਨਾ ਬੜੇ ਪਿਆਰ ਵਾਲੇ ਦੋਸਤ ਨੇ ਉਹ ਨਵਾਂ ਨੁਸਖਾ ਤੁਹਾਡੇ ਕੋਲੋਂ ਰਨ ਮਰੀਦੀ ਦਾ ਪੁੱਛਣਾ ਚਾਹ ਰਹੇ ਨੇ ਜਿਹੜਾ ਤੁਸੀਂ ਅੱਗੇ ਸਾਨੂੰ ਦੱਸਿਆ ਹਾਂਜੀ ਉਹ ਨਾ ਉਹ ਨੁਸਖਾ ਇੰਝ ਹੈ ਕਿ ਇੱਕ ਗਲਾਸ ਨੀਮ ਗਰਮ ਪਾਣੀ ਲੈ ਲੈਣਾ ਤੇ ਬੇਗਮ ਦੇ ਦੋਵੇਂ ਪੈਰ ਧੋ ਲੈਣੇ ਇਹ ਪਾਣੀ ਨੀਮ ਗਰਮ ਲੈਣਾ ਹਾਂਜੀ ਉਹਦੇ ਨਾਲ ਥਕਾਵਟ ਵੀ ਲੱਤ ਜਾਏਗੀ ਨਾ ਬੇਗਮ ਦੀ ਕੀ ਆਪਣੀ ਬੇਗਮ ਦੀ ਅੱਛਾ ਠੀਕ ਹੈ ਫਿਰ ਉਹ ਘੁੱਟਣ ਦੀ ਵੀ ਲੋੜ ਪਾਉਣੀ ਠੀਕ ਹੈ ਕਈ ਬੰਦੇ ਜਿਵੇਂ ਮੇਰੇ ਮੈਨੂੰ ਮੈਂ ਨੀ ਘੁੱਟ ਕੇ ਸੌਂਦਾ ਮੈਨੂੰ ਨੀਂਦਰ ਹੀ ਨਹੀਂ ਫਿਰ ਪੈਂਦੀ ਨਾ ਘੁੱਟਾਂ ਤੇ ਉਹ ਨਾ ਦੋ ਦੋ ਚਮਚੀਆਂ ਰੂਹ ਅਫਜ਼ਾ ਸ਼ਰਬਤ ਸੁੱਟ ਕੇ ਨਾ ਤੇ ਸੀਰਪ ਪੀ ਛੱਡਣਾ ਤੇ ਤਿੰਨ ਦਿਨ ਬਾਅਦ ਰਨਮਰੀ ਤਿਆਰ ਤੇ 100 ਸਾਲਾ ਪੁਰਾਣੀ ਖੰਘ ਵੀ ਖਤਮ ਹੋ ਜਾਏ ਖੰਘ ਦੇ ਵਿੱਚ ਕੀ ਅਮਰ ਦਖਲ ਹੈ ਉਹ ਜਿਹੜੇ ਪੈਰਾਂ ਦੇ ਵਿੱਚ ਵਿਟਾਮਿਨ ਹੁੰਦੇ ਨੇ ਉਹ ਖਾਂਸੀ ਵੀ ਖਤਮ ਕਰਦੇ ਤੇ ਜੇ ਬੰਦਾ ਉਂਝ ਹੀ ਵੱਖੀ ਚ ਠੁੱਡੇ ਛੁੱਡੇ ਖਾ ਲੇ ਤੇ ਉਂਝ ਨਹੀਂ ਉਹ ਤੇ ਫਿਰ ਅੰਦਰ ਮੈਦਾ ਹਿਲਾਉਣ ਵਾਲੀ ਮੈਦਾ ਹਿਲਾਉਣ ਵਾਲੀ ਗੱਲ ਜਨਾਬ ਇਹ ਸਾਡੇ ਨਾਲ ਅੱਜ ਰਨਮਰੀਤ ਬਕਲਮੇ ਖੁਦ ਨੇ ਤੇ ਇਹ ਸਾਨੂੰ ਅੱਜ ਅੱਜ ਆਪ ਨੀ ਆਪ ਹੱਡ ਬੀਤੀ ਸੁਣਾਉਣ ਦੇ ਕਿ ਕੀ ਇਹਨਾਂ ਨਾਲ ਬੀਤੀ ਸੀ ਉਹ ਜਿਹੜਾ ਵਾਕਿਆ ਸੀ ਜਿਨ੍ਹਾਂ ਨੂੰ ਇਹਨਾਂ ਕੰਮ ਕਰਨ ਤੇ ਮਜਬੂਰ ਕਰ ਛੱਡਿਆ ਉਹ ਕਿਹੜਾ ਐਸਾ ਵਾਕਿਆ ਸੀ ਉਹ ਮੈਂ ਆਪਣੇ ਅੱਬੂ ਨੂੰ 500 ਰੁਪਈਆ ਦਿੰਦਾ ਹਾਂ ਤੇ ਮੈਨੂੰ ਗਾਲਾਂ ਕੱਢਦੇ ਹਨ ਫਿਰ ਮੈਂ ਵੱਖਰਾ ਹੋ ਗਿਆ ਸਹੁਰੇ ਟੁਰ ਗਿਆ ਸਹੁਰੇ ਨੂੰ 200 ਦੇਣਾ ਤੇ ਮੂੰਹ ਮੱਥਾ ਚੁੰਮਦੇ ਆ ਤੇ ਜਦੋਂ ਛੋਟੇ ਭਰਾ ਨੇ ਮਾਰਿਆ ਨਾ ਜਨਾਨੀ ਨੂੰ ਤਿੰਨ ਦਿਨ ਫਿਰ ਮਰਾਂਦਰੋਂ ਦਿਲ ਰੋਂ ਮੈਂ ਨੀ ਰੋਂਦੀ ਫਿਰ ਮਰਾਂਦਰੋਂ ਦਿਲ ਰੋਂ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਮਰ ਜੇ ਸਾਰਾ ਮਹੱਲਾ ਦਲਾਸੇ ਦਿੰਦਾ ਪੁੱਤਰਾ ਹੀ ਤੇਰੇ ਵੱਡੇ ਵਡੇਰੇ ਨਾ ਰੋ ਜਨਾਨੀ ਮਰ ਜੇ ਕੋਈ ਬੀਬੀ ਆਉਂਦੀ ਮੈਂ ਤੇਰੀ ਜਨਾਨੀ ਸਾਨੂੰ ਪੁੱਛੋ ਸਿਆਣੇ ਐਵੇਂ ਤਾਂ ਨੀ ਕਹਿੰਦੇ ਜਨਾਨੀ ਦੀਆਂ ਗਾਲਾਂ ਝੋ ਦੀਆਂ ਨਾਲਾਂ ਜਿੰਨਾ ਚਿਰ ਉਹਨੂੰ ਘੁੱਟ ਕੇ ਨਾ ਸਵਾਂ ਨੀਂਦਰ ਹੀ ਨਹੀਂ ਪੈਂਦੀ ਅੰਮਾ ਮੇਰੀ ਕਹਿੰਦੀ ਪੁੱਤਰ ਤੂੰ ਤੇ ਥੱਲੇ ਲੱਗ ਮੈਂ ਕਿਹਾ ਮਾਂ ਹੀ ਮੈਨੂੰ ਉੱਤੇ ਠੰਡ ਲੱਗ